खबर की तरफ। पीआरटीसी के पूर्व चेयरमैन व जिला कांग्रेस कमेटी रोपड़ के अध्यक्ष जैलदार सतविंदर सिंह का अंतिम संस्कार गांव चेड़िया के शमशान घाट में किया गया। इस मौके पर जैलदार चेड़िया को इलाके के हजारों लोगों समेत संत बाबा परमजीत सिंह हंसाली वाले, पंजाब कांग्रेस के अध्यक्ष व लुधियाना के सांसद अमरिंदर सिंह, शिवदयाल चौहान समेत बड़ी संख्या में इलाके के लोग शामिल हुए। रोपड़ से पीयूष अचानक बहुत ही थोड़ी उम्र 'ਚ, ਜਦਕਿ ਉਹ 51 ਸਾਲ ਦੇ ਸੀ, ਇਸ ਉਮਰ 'ਚ ਜਿਹੜਾ ਉਹਨਾਂ ਦਾ ਕਾਲ ਚਲਾਉਣਾ, ਉਸਨੇ ਪੂਰੇ ਜ਼ਿਲ੍ਹੇ ਹੀ ਨਹੀਂ ਬਲਕਿ ਇਰਦ ਗਿਰਦ ਦੇ ਬਹੁਤ ਸਾਰੇ ਏਰੀਏ ਨੂੰ ਝੰਜੋੜ ਕੇ ਰੱਖ ਦਿੱਤਾ। ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਸੀ, ਖੇਡ ਪ੍ਰਮੋਟਰ ਸੀ, ਸਮਾਜ ਸੇਵੀ ਸੀ, ਰਾਜਨੀਤਿਕ ਤੌਰ 'ਤੇ ਵਿਚਰਦੇ ਸੀ, ਅਤੇ 2-3 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਕੋਈ ਟੂਰਨਾਮੈਂਟ ਹੁੰਦਾ ਸੀ, ਜਿੱਥੇ ਅੱਖਾਂ ਦਾ ਕੈਂਪ ਲੱਗਦਾ ਸੀ, ਜਿੱਥੇ ਕੋਈ ਹੋਰ ਸਮਾਜ ਸੇਵੀ ਕੰਮ ਹੁੰਦਾ ਸੀ, ਉੱਥੇ ਇਹਨਾਂ ਦੀ ਹਾਜ਼ਰੀ ਪੱਕੀ ਹੁੰਦੀ ਸੀ। ਅਤੇ ਘਾਟ ਏਰੀਏ ਨੂੰ ਇਹਨਾਂ ਦੀ ਬਹੁਤ, ਇਹਨਾਂ ਨੇ ਅੱਗੇ ਮੇਰੇ ਨਾਲ ਵੀ, ਰਾਣਾ ਜੀ ਨਾਲ ਵੀ ਲੱਗ ਕੇ, ਅਤੇ ਸਾਰੇ ਲੀਡਰਾਂ ਦੇ ਨਾਲ ਮਿਲ ਕੇ ਕੰਮ ਕਰਕੇ ਇਹਨਾਂ ਨੇ ਇਸ ਇਲਾਕੇ ਨੂੰ ਬਹੁਤ ਉੱਪਰ ਚੱਕਿਆ। ਅਤੇ ਅੱਜ ਲਗਭਗ ਸਾਰੇ ਹੀ ਜ਼ਿਲ੍ਹਿਆਂ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਅੰਤਿਮ ਸੰਸਕਾਰ 'ਤੇ ਆਏ। ਦੇਖੋ, ਇਸ ਬੰਦੇ ਦਾ ਕੋਈ ਬਦਲ ਨਹੀਂ ਹੈ, ਇਸ ਏਰੀਏ ਦੇ ਵਿੱਚ ਇਸ ਕੱਦ ਦਾ ਕੋਈ ਨੇਤਾ ਨਹੀਂ ਹੈ ਸਾਡੇ ਕੋਲ ਹੋਰ, ਜਿਹੜਾ ਅਜੇ ਫੌਰੀ ਤੌਰ 'ਤੇ ਕੰਮ ਨੂੰ ਸੰਭਾਲ ਸਕੇ। ਇੱਕ ਵੱਡਾ ਨਾਮ ਪੂਰਾ ਹੋਣ ਵਾਲਾ ਘਾਟਾ ਸਾਨੂੰ ਪਿਆ ਇਸ ਬੰਦੇ ਦਾ, ਕਾਂਗਰਸ ਪਾਰਟੀ ਨੂੰ ਪਿਆ, ਇਲਾਕੇ ਨੂੰ ਪਿਆ, ਇਹਦਾ ਹਰ ਪਾਰਟੀ ਦੇ ਨਾਲ ਪਿਆਰ ਸੀ, ਚਾਹੇ ਤੁਸੀਂ ਅਕਾਲੀ ਲਈ ਲਓ ਵੀ ਆਏ ਵੇ, ਆਮ ਆਦਮੀ ਪਾਰਟੀ ਦੇ MLA ਸਾਹਿਬ ਆਏ ਵੇ, ਤਾਂ ਅਕਾਲੀਆਂ ਦੇ ਸਾਬਕਾ ਮੰਤਰੀ ਜੀ ਚੀਮਾ ਸਾਹਿਬ ਆਏ ਹੋਏ ਹੈ, ਹਰ ਪਾਰਟੀ ਦਾ, ਹਰ ਸੰਸਥਾ ਦਾ, ਹਰ ਸੰਪਰਦਾਇ ਦਾ ਬੰਦਾ ਜਿਹੜਾ ਇੱਥੇ ਅੱਜ ਪਹੁੰਚਿਆ ਹੋਇਆ। ਅਤੇ ਇੱਕ ਵੱਡਾ ਜਿਹੜਾ ਦੁੱਖ ਹੈ ਸਾਨੂੰ ਇਸ ਚੀਜ਼